ਕਰਮਜੀਤ ਸਿੰਘ ਔਜਲਾ ਦੀ ਕਹਾਣੀ ਦਰਿਆ ਦੀ ਧੀ ਗੁਰਦੁਆਰੇ ਦੇ ਸਾਹਮਣੇ ਖੁੱਲੇ ਥਾਂ 'ਚ ਇੱਕ ਫੌਜੀ ਟਰੱਕ ਆ ਕੇ ਖੜਾ ਹੋ ਗਿਆ ਸੀ ਇਸ ਟਰੱਕ 'ਚ ਹਿੰਦੁਸਤਾਨੀ ਤੇ ਪਾਕਿਸਤਾਨੀ ਫੌਜੀ ਕੁਝ ਪੁਲਸੀਏ ਤੇ ਪਿੰਡ ਦਾ ਚੌਕੀਦਾਰ ਸੀ ਫੌਜੀਆਂ ਤੇ ਪੁਲਸੀਆਂ ਦੀ ਇਹ ਟੁਕੜੀ ਹਿੰਦੁਸਤਾਨ 'ਚ ਰਹਿ ਗਏ ਮੁਸਲਮਾਨਾਂ ਨੂੰ ਲੱਭ ਲੱਭ ਕੇ ਬਰਾਮਦ ਕਰ ਉਹਨਾਂ ਦੇ ਪਾਕਿਸਤਾਨ ਜਾ ਚੁੱਕੇ ਪਰਿਵਾਰਾਂ ਨਾਲ ਮਿਲਾਉਂਦੇ ਸੀ ਪੁਲਸੀਏ ਤੇ ਫੌਜੀ ਆਪਣੇ ਡੰਡੇ ਤੇ ਰਾਈਫਲਾਂ ਸੰਭਾਲੇ ਬੜੀ ਫੁਰਤੀ ਨਾਲ ਟਰੱਕ ਤੋਂ ਉਤਰੇ ਸੀ ਦੁਰਾਡੀ ਤੇ ਅਣਜਾਣੇ ਪਿੰਡ 'ਚ ਫੌਜੀ ਟਰੱਕ ਦਾ ਹੋਣਾ ਇੱਕ ਸੰਸਨੀਖੇਜ ਘਟਨਾ ਸੀ। ਕੁਝ ਕੁੱਤੇ ਭੌਂਕੇ ਨਿਆਣਿਆਂ ਦਾ ਹਜੂਮ ਇਕੱਠਾ ਹੋ ਗਿਆ। ਲਾਗੇ ਛਾਗੇ ਦੇ ਲੋਕਾਂ 'ਚ ਕੁਸਰਮਸਰ ਪੈਦਾ ਹੋਈ। ਅਨਪੜ ਪਿੰਡੂਆਂ 'ਚ ਕਿਸੇ 'ਚ ਹਿੰਮਤ ਨਹੀਂ ਸੀ ਕਿ ਉਹ ਫੌਜੀਆਂ ਤੇ ਪੁਲਸੀਆਂ ਕੋਲੋਂ ਉਹਨਾਂ ਦੇ ਆਉਣ ਦਾ ਕਾਰਨ ਪੁੱਛਦਾ। ਉਹ ਕਿਸੇ ਭੇਦ ਤੋਂ ਪਰਦਾ ਉੱਠਣ ਦੀ ਉਡੀਕ 'ਚ ਟਰੱਕ ਚਾਉਣ ਵਾਲੇ ਪੁਲਸੀਆਂ ਤੇ ਫੌਜੀਆਂ ਵੱਲ ਵੇਖੀ ਜਾ ਰਹੀ ਸੀ। ਚੌਕੀਦਾਰ ਇਹ ਪੁਲਸ ਹੌਲਦਾਰ ਦੀ ਆਵਾਜ਼ ਸੀ। ਜੋ ਪਿੰਡ ਦੇ ਅਮਰੂ ਚੌਕੀਦਾਰ ਨੂੰ ਮੁਖਾਤਿਬ ਸੀ ਅਮਰੂ ਚੌਕੀਦਾਰ ਨੂੰ ਆਉਣ ਵਾਲੇ ਪੁਲਸੀਆਂ ਤੇ ਫੌਜੀਆਂ ਦੀ ਟੁਕੜੀ ਨੇ ਪਿੰਡ ਚ ਦਾਖਲ ਹੁੰਦਿਆਂ ਹੀ ਆਪਣੇ ਨਾਲ ਲੈ ਲਿਆ ਸੀ ਇਸ ਕੰਮ ਲਈ ਉਹਨਾਂ ਨੇ ਦੋ ਸਿੱਧੇ ਸਾਦੇ ਪਿੰਡੂਆਂ ਨੂੰ ਧਮਕਾਇਆ ਤੇ ਹੁਕਮ ਸੁਣਾਤਾ ਕਿ ਉਹ ਪਿੰਡ ਦੇ ਚੌਕੀਦਾਰ ਨੂੰ ਛੇਤੀ ਤੋਂ ਛੇਤੀ ਉਹਨਾਂ ਕੋਲ ਲੈ ਕੇ ਆਉਣ ਹਾਂ ਜਨਾਬ ਜੀ ਅਮਰੂ ਚੌਕੀਦਾਰ ਦਾ ਜਵਾਬ ਸੀ ਪਿੰਡ ਦਾ ਚੌਕੀਦਾਰ ਹੋਣ ਕਰਕੇ ਪੁਲਿਸ ਨਾਲ ਉਹਦਾ ਕਦੀ ਨਾ ਕਦੀ ਵਾਹ ਪੈ ਜਾਂਦਾ ਸੀ ਤੇ ਇਹਦੇ ਤਜਰਬੇ ਵਜੋਂ ਉਹਨੂੰ ਪੁਲਿਸ ਨਾਲ ਗੱਲਬਾਤ ਕਰਦੇ ਵਕਤ ਜਨਾਬ ਕਹਿਣ ਦੀ ਸ਼ੂਰ ਆ ਗਈ ਸੀ ਗ੍ਰੰਥੀ ਕਰਤਾਰ ਸਿੰਘ ਨੂੰ ਬੁਲਾਓ ਪੁਲਿਸ ਹੌਲਦਾਰ ਦਾ ਅਮਰੂ ਚੌਕੀਦਾਰ ਨੂੰ ਹੁਕਮ ਸੀ ਸੁਣਦੇ ਹੀ ਚੌਕੀਦਾਰ ਗੁਰਦੁਆਰੇ ਵੱਲ ਵਧਿਆ ਗ੍ਰੰਥੀ ਭਾਈ ਕਰਤਾਰ ਸਿੰਘ ਦੀ ਰਿਹਾਈਸ਼ ਗੁਰਦੁਆਰੇ ਦੇ ਅੰਦਰ ਹੀ ਇੱਕ ਪਾਸੇ ਸੀ ਗੁਰਦੁਆਰੇ ਦੇ ਸਾਹਮਣੇ ਟਰੱਕ ਦੇ ਆ ਕੇ ਰੁਕਣ ਨਾਲ ਭਾਈ ਕਰਤਾਰ ਸਿੰਘ ਵੀ ਅੰਦਰੋਂ ਬਾਹਰ ਆਉਣ ਦੇ ਆਰਚ ਸੀ ਕੁਝ ਚਿਰ ਉਹਨੂੰ ਜੁੱਤੀ ਤੇ ਪਰਨਾ ਸੰਭਾਲਣ 'ਚ ਲੱਗ ਗਿਆ ਤੇ ਕੁਝ ਸਮਾਂ ਉਹਨੂੰ ਉਹਦੀ ਘਰ ਵਾਲੀ ਨੇ ਕੋਈ ਗੱਲ ਸਮਝਾਉਣ ਚ ਲਾਤਾ ਅਮਰੂ ਚੌਕੀਦਾਰ ਜਦੋਂ ਗੁਰਦੁਆਰੇ ਦੇ ਦਰਵਾਜ਼ੇ 'ਚ ਦਾਖਲ ਹੋ ਰਿਹਾ ਸੀ ਉਸ ਵਕਤ ਭਾਈ ਕਰਤਾਰ ਸਿੰਘ ਗ੍ਰੰਥੀ ਬਾਹਰ ਆ ਰਿਹਾ ਸੀ ਦੋਹਾਂ ਦਾ ਆਮਣਾ-ਸਾਮਣਾ ਹੋਇਆ ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ ਭਾਈ ਕਰਤਾਰ ਸਿੰਘ ਦੀਆਂ ਪ੍ਰਸ਼ੰਸਪੂਰਵਕ ਨਜ਼ਰਾਂ ਅਮਰੂ ਚੌਕੀਦਾਰ ਨਾਲ ਮਿਲੀਆਂ ਤੇ ਜਵਾਬ ਚ ਅਮਰੂ ਚੌਕੀਦਾਰ ਬੋਲ ਪਿਆ ਬਾਬਾ ਜੀ ਬਾਹਰ ਪੁਲਿਸ ਆਈ ਆ ਤੁਹਾਨੂੰ ਸੱਦਿਆ ਵਾ ਭਾਈ ਕਰਤਾਰ ਸਿੰਘ ਨਿਸ਼ਚਿੰਤ ਨੇ ਡਰ ਤੇ ਬੇਪਰਵਾਹ ਸੀ ਉਹ ਛੇਤੀ ਪੁਲਿਸ ਵਾਲਿਆਂ ਦੇ ਸਾਹਮਣੇ ਜਾ ਖੜਾ ਹੋਇਆ ਰਾਈਫਲਾਂ ਤੇ ਡੰਡੇ ਲਈ ਪੁਲਸੀਆਂ ਤੇ ਫੌਜੀਆਂ ਦੀ ਨੌ ਜਣਿਆਂ ਦੀ ਉਸ ਟੁਕੜੀ ਦੀਆਂ ਨਜ਼ਰਾਂ ਭਾਈ ਤੇ ਕੇਂਦਰਿਤ ਹੋ ਗਈਆਂ। ਕੁਝ ਮਾੜਾ ਨਾ ਹੋਵੇ ਦੀ ਸ਼ੰਕਾ ਨੇ ਸਭ ਨੂੰ ਫਿਕਰ ਚ ਪਾ ਦਿੱਤਾ ਸੀ। ਪਰ ਭਾਈ ਕਰਤਾਰ ਸਿੰਘ ਆਤਮ ਵਿਸ਼ਵਾਸ ਤੇ ਨੇੜੇ ਸੀ। ਗੁਰਦੁਆਰੇ ਦਾ ਭਾਈ ਤੂੰ ਐ। ਪੁਲਿਸ ਦੇ ਹਵਾਲਦਾਰ ਨੇ ਪੂਰੀ ਪੁਲਸੀ ਤੜਕ ਤੇ ਰਵਾਇਤੀ ਰੂਪ ਦੇ ਬੇਅਦਬੀ ਨਾਲ ਭਾਈ ਜੀ ਨੂੰ ਕਿਹਾ, "ਹਾਂ। ਗੁਰਦੁਆਰਾ ਸਾਹਿਬ ਦੀ ਸੇਵਾ ਮੈਂ ਹੀ ਕਰਦਾ।" ਭਾਈ ਜੀ ਨੂੰ ਹੌਲਦਾਰ ਦੇ ਕਰਖਤ ਤੇ ਖਰਵੇ ਲਹਿਜੇ ਤੋਂ ਕੋਈ ਡਰ ਜਾਂ ਘਬਰਾਹਟ ਨਹੀਂ ਸੀ ਹੋਈ ਉਹ ਤੂੰ ਇੱਕ ਮੁਸਲਮਾਨ ਨਬਾਲਗ ਬੱਚੇ ਨੂੰ ਪਾਕਿਸਤਾਨ ਜਾਣੋਂ ਰੋਕੀ ਰੱਖਿਆ ਉਹਨੂੰ ਪੇਸ਼ ਕਰ ਤੇ ਜੁਰਮ ਕਿਉਂ ਕੀਤਾ ਇਹਦੀ ਵਜ੍ਹਾ ਬਿਆਨ ਕਰ ਹੌਲਦਾਰ ਦੀ ਕਰਖਤ ਆਵਾਜ਼ ਭਾਈ ਸਾਹਿਬ ਦੇ ਆਤਮ ਵਿਸ਼ਵਾਸ ਕਰਕੇ ਬੇਅਸਰ ਹੋ ਰਹੀ ਸੀ ਇਸ ਤੋਂ ਹੌਲਦਾਰ ਛਿਥਾ ਜਾਂ ਪੈ ਕੇ ਆਪਣੇ ਘਟਦੇ ਰੋਗ ਨੂੰ ਬਹਾਲ ਕਰਨ ਦਾ ਯਤਨ ਕਰਨ ਬਾਰੇ ਸੋਚ ਰਿਹਾ ਸੀ ਉਦਾ ਵਿਚਾਰ ਸੀ ਭਾਈ ਕਰਤਾਰ ਸਿੰਘ ਦੀ ਗੱਲਬਾਤ ਵਿੱਚ ਕੋਈ ਥੜਕਣਾ ਆਵੇ ਤੇ ਉਹ ਆਪਣਾ ਡੰਡਾ ਲਹਿਰਾ ਕੇ ਉੱਚੀ-ਉੱਚੀ ਬੋਲ ਕੇ ਆਪਣਾ ਰੋਪ ਝਾੜੇ ਤੇ ਜਿਸ ਨਾਲ ਉਹਦੇ ਸਾਥੀ ਉਹ ਤੋਂ ਪ੍ਰਭਾਵਿਤ ਹੋਣ ਪਰ ਭਾਈ ਜੀ ਦੀ ਸਥਿਰਤਾ ਉਹਨੂੰ ਕੋਈ ਮੌਕਾ ਨਾ ਦੇ ਕੇ ਹੌਲਾ ਕਰੀ ਜਾ ਰਹੀ ਸੀ ਬੱਚੀ ਗੁਰਦੁਆਰੇ ਚ ਹੈ ਜ਼ਰੂਰ ਉਹਨੂੰ ਕਿਸੇ ਨੇ ਕਿਤੋਂ ਵੀ ਜਾਣੋ ਨਹੀਂ ਰੋਕਿਆ ਉਹਨੂੰ ਤਾਂ ਪਿੰਡ ਦੀ ਸੰਗਤ ਨੇ ਗੁਰਦੁਆਰੇ ਚ ਆਸਰੇ ਲਈ ਪਹੁੰਚਾਇਆ ਸੀ ਤੇ ਵਾਹਿਗੁਰੂ ਵੱਲੋਂ ਉਸ ਛੋਟੀ ਨਿਆਸਰੀ ਬੱਚੀ ਨੂੰ ਆਸਰਾ ਮਿਲ ਗਿਆ ਵਾ ਭਾਈ ਜੀ ਦਾ ਠਰਮੇ ਨਾਲ ਭਰਪੂਰ ਬਿਆਨ ਸੀ ਇਸ ਵਕਤ ਤੱਕ ਪਿੰਡ ਦੇ 10-15 ਆਦਮੀ ਕੋਲ ਆ ਗਏ ਸੀ ਹੋਰਿਆ ਵਾਰਤਾ ਲ ਸੁਣ ਕੇ ਫੌਜੀ ਟਰੱਕ ਦੇ ਆਉਣ ਦਾ ਕਾਰਨ ਸਮਝੇ ਸੀ ਜਿਸ ਤੋਂ ਉਹਨਾਂ ਦੀ ਘਬਰਾਹਟ ਦੂਰ ਹੋ ਗਈ ਉਸ ਮੁਸਲਮਾਨ ਬੱਚੀ ਨੂੰ ਪੇਸ਼ ਕਰੋ ਉਹ ਪਾਕਿਸਤਾਨ 'ਚ ਆਪਣੇ ਮਾਂ-ਬਾਪ ਕੋਲ ਪਹੁੰਚਾਈ ਜਾਏਗੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨਾ ਬਾਲਗ ਬੱਚਿਆਂ ਨੂੰ ਗੈਰ ਕਾਨੂੰਨੀ ਤੌਰ ਤੇ ਰੋਕੀ ਰੱਖਣ ਨਾਲ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਉਸ ਲੜਕੀ ਨੂੰ ਪੇਸ਼ ਕਰੋ। ਹੌਲਦਾਰ ਦੀ ਗੱਲ ਖਰਵੇ ਪਣ ਦੇ ਵਾਅਦੇ ਨਾਲ ਮੁੱਕੀ ਸੀ ਪਰ ਭਾਈ ਕਰਤਾਰ ਸਿੰਘ ਅਡੋਲ ਸੀ। ਤੁਸੀਂ ਉਸ ਲੜਕੀ ਨੂੰ ਵੇਖ ਲਓ, ਮਿਲ ਲਓ ਪਰ ਲੈ ਕੇ ਤਾਂ ਹੀ ਜਾਓ ਜੇ ਤੁਹਾਨੂੰ ਯਕੀਨ ਹੋਵੇ ਕਿ ਉਹ ਆਪਣੇ ਮਾਪਿਓ ਕੋਲ ਹੀ ਪਹੁੰਚੇਗੀ। ਭਾਈ ਜੀ ਨੂੰ ਉਸ ਕੁੜੀ ਬਾਰੇ ਚਿੰਤਾ ਹੋਣ ਲੱਗ ਪਈ ਜੋ ਉਹਨਾਂ ਦੀ ਆਪਣੀ 8 ਸਾਲਾ ਧੀ ਮੁੰਨੀ ਦੇ ਹਾਂਣ ਦੀ ਸੀ। ਉਹ ਕੁੜੀ ਬੜੇ ਹੈਰਾਨਕੁਨ ਤਰੀਕੇ ਨਾਲ ਗੁਰਦੁਆਰੇ ਪਹੁੰਚੀ ਸੀ ਇੱਕ ਦਿਨ ਸ਼ਾਮ 4:00 ਵਜੇ ਦਾ ਟਾਈਮ ਸੀ ਮਈ ਨ April ਦਾ ਸੀ ਮੈਂ ਤੇ ਮੇਰੀ ਉਮਰ ਦੇ 8-7 ਹੋਰ ਬੱਚੇ ਦਰਿਆ ਦੇ ਕੰਢੇ ਤੇ ਰੇਤ ਚ ਖੂ ਗਿਆਰੀਆਂ ਖੇਡ ਰਹੇ ਸੀ ਅਚਾਨਕ ਸਾਡੇ ਚੋਂ ਇੱਕ ਮੁੰਡਾ ਦਰਿਆ ਦੇ ਵਗਦੇ ਪਾਣੀ ਵੱਲ ਵੇਖ ਕੇ ਉੱਚੀ ਉੱਚੀ ਚੀਕ ਉਠਿਆ ਕੋਈ ਰੁੜ ਗਿਆ ਕੋਈ ਰੁੜ ਗਿਆ ਸਾਰਿਆਂ ਨੇ ਵਿਸਾਖ ਚ ਦਰਿਆ ਦੇ ਘਟ ਹੋਏ ਪਾਣੀ ਦੇ ਵਹਾਵਲ ਵੇਖਿਆ ਸਾਡੇ ਤੋਂ 30 40 ਫੁੱਟ ਦੂਰ ਡੁੰਗੇ ਵਗਰੇ ਪਾਣੀ ਤੇ ਇੱਕ ਬੱਚਾ ਰੁੜਿਆ ਜਾ ਰਿਹਾ ਸੀ ਉਹ ਜਿਵੇਂ ਪਾਣੀ ਰੂਪੀ ਬਿਸਤਰੇ ਤੇ ਲੇਟਿਆ ਹੋਵੇ ਸਾਰੇ ਸਤੰਭ ਰਹਿ ਗਏ ਸਾਡੇ ਕੋਲ ਨਾਮੋ ਹਟਾੜ ਵਾਲੇ ਕਪੜੇ ਵੀ ਧੋ ਰਹੇ ਸੀ ਉੱਚੀ ਉੱਚੀ ਚਲਾਉਣ ਲੱਗ ਪਈ ਵੇ ਫੜੋ ਵੇ ਫੜੋ ਕਿਹਦਾ ਨਿਆਣਾ ਰੁੜ ਗਿਆ ਇਹ ਛੋਟੇ ਜਿਹੇ ਰੋਲੇ ਰੁੱਪੇ ਤੋਂ ਲਾਗੇ ਛਾਗੇ ਦੇ ਸਾਰੇ ਸੁਚੇਤ ਹੋ ਗਏ ਪੈਂਚਾਂ ਦਾ ਬੇਰਾ ਆਪਣੀਆਂ ਮੱਜਾਂ ਨੂੰ ਪਾਣੀ ਢੋਹਣ ਆਇਆ ਸੀ ਉਹਨੇ ਝੱਟ ਪਾਣੀ 'ਚ ਛਾਲ ਮਾਰੀ 10-15 ਮਿੰਟਾਂ 'ਚ ਹੀ ਪਾਣੀ ਦੀ ਤਹਿ ਤੇ ਚਫਾਲ ਲੇਟੇ ਬੱਚੇ ਨੂੰ ਲੈ ਕੇ ਕੰਡੇ ਤੇ ਆ ਗਿਆ ਉਹ ਬੱਚਾ 8-9 ਸਾਲ ਦੀ ਇੱਕ ਗੋਰੀ ਸੋਹਣੀ ਦੇਖਾ ਲਈ ਮਾਸੂਮ ਕੁੜੀ ਸੀ ਉਹਦੇ ਕੱਪੜੇ ਆਦ ਚੰਗੇ ਸੀ ਆਪਣੇ ਪਰਵੇਂ ਚਿਹਰੇ ਤੋਂ ਕਿਸੇ ਖੁਸ਼ਾਲ ਕਰਦੀ ਲੱਗਦੀ ਸੀ ਉਹ ਹਿਲਜੁਲ ਨਹੀਂ ਸੀ ਰਹੀ ਬੀਰਾ ਤੇ ਨਾ ਮੋਸ ਲਟਾਈ ਹੋਈ ਕੁੜੀ ਦੀ ਨਬਜ਼ ਤੇ ਦਿਲ ਦੀ ਧੜਕਣ ਦੀ ਜਾਂਚ ਕਰ ਰਹੇ ਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਸੀਮਤ ਗਿਆਨ ਹੋਣ ਕਰਕੇ ਕੁਝ ਦੇਰ ਲੱਗ ਰਹੀ ਸੀ ਉਹਨਾਂ ਨੂੰ ਡਰ ਸੀ ਵੀ ਸਿਰਫ লাশ ਹੀ ਪਾਣੀ ਤੇ ਤਰਦੀ ਹੈ ਤੇ ਇਹ ਲੜਕੀ ਤਾਂ ਪਾਣੀ ਉੱਤੇ ਲੱਕੜ ਵਾਂਗ ਜਾਂ ਜਿਵੇਂ ਪਾਣੀ ਤੇ ਸੁੱਤੀ ਹੋਵੇ ਹੋ ਸਕਦਾ ਸੀ ਡੁੱਬ ਕੇ ਮਰਨ ਤੋਂ ਬਾਅਦ ਪਾਣੀ ਤੇ ਤਰੀ ਹੋਵੇ ਸਾਹ ਆਉਂਦਾ ਹੈ ਤੇ ਦਿਲ ਵੀ ਧੜਕਦਾ ਵਾ ਪੈਂਚਾਂ ਦੇ ਬੀਰੇ ਨੇ ਕਾਫੀ ਟਟੋਲਣ ਤੇ ਪਰਚੋਲਣ ਤੋਂ ਬਾਅਦ ਗਿਆ ਨਾਮੋ ਨੇ ਯਕੀਨ ਕਰਨ ਲਈ ਇੱਕ ਵਾਰ ਫਿਰ ਜਾਂਚ ਕੀਤੀ ਹਾਂ ਵੇ ਤੇ ਜਿੰਦੀ ਆ ਚਲੋ ਇਹਨੂੰ ਗੁਰਦੁਆਰੇ ਲੈ ਜਾਈਏ ਉਸ ਥਾਂ ਤੋਂ ਸਭ ਤੋਂ ਨੇੜੇ ਦਾ ਉਪਯੁਕਥ ਥਾਂ ਗੁਰਦੁਆਰਾ ਹੀ ਸੀ ਨਾਲੇ ਗੁਰਦੁਆਰੇ ਦਾ ਭਾਈ ਹਕਮਤ ਜਾਣਦਾ ਸੀ ਦਵਾਦਾਰੂ ਵੀ ਕਰਦਾ ਸੀ ਵੀਰੇ ਨੇ ਉਸ ਕੁੜੀ ਨੂੰ ਚੁੱਕਿਆ ਛੇਤੀ ਉਹ ਗੁਰਦੁਆਰੇ ਇੱਕ ਮੰਜੇ ਤੇ ਲਟਾਤੀ ਗਈ ਗੁਰਦੁਆਰੇ ਦੇ ਭਾਈ ਨੇ ਉਹਨੂੰ ਪਰਖ ਕਰਕੇ ਉੱਚੇ ਤਪਚਾਰ ਕੀਤਾ ਦੋ ਜਣਿਆਂ ਨੂੰ ਹੱਥਾਂ ਪੈਰਾਂ ਦੀਆਂ ਤਲੀਆਂ ਛਸਣ ਤੇ ਲਾਤਾ ਉਦੇ ਸਿਰ ਤੇ ਪੜਪੜੀਆਂ ਤੇ ਵੀ ਮਾਲਿਸ਼ ਕੀਤੀ ਫੇਫੜਿਆਂ ਚ ਗਿਆ ਪਾਣੀ ਕੱਢਣ ਲਈ ਭਾਈ ਜੀ ਪਹਿਲਾਂ ਹੀ ਕਾਰਵਾਈ ਕਰ ਚੁੱਕੇ ਸੀ ਕੁਝ ਦੇਰ ਬਾਅਦ ਉਸ ਕੁੜੀ ਨੇ ਹੱਥ ਪੈਰ ਹਲਾਏ ਫਿਰ ਛੇਤੀ ਅੱਖਾਂ ਖੋਲੀਆਂ ਆਪਣੇ ਆਪ ਨੂੰ ਅਣਜਾਣੇ ਮਾਹੌਲ ਚ ਵੇਖ ਕੇ ਜ਼ਰੂਰੀ ਹੈ ਚੰਬਤਿਆ ਤੰਕਤ ਹੋਈ ਹੋਏਗੀ ਤਾਂ ਹੀ ਉਹਨੇ ਆਪਣੀ ਕਾਲੀ ਨਾਲ ਉੱਠਣ ਦਾ ਯਤਨ ਕੀਤਾ ਭਾਈ ਨੇ ਉਹਦੇ ਸਿਰ ਤੇ ਹੱਥ ਫੇਰਦਿਆਂ ਨੂੰ ਬੜੇ ਪਿਆਰ ਨਾਲ ਉਠਾਇਆ ਸੀ ਭਾਈ ਜੀ ਦੇ ਪਹਿਲੇ ਹੀ ਕਹੇ ਕਾਰਨ ਭਾਈ ਜੀ ਦੀ ਪਤਨੀ ਜਿਹਨੂੰ ਮਾਈ ਕਹਿੰਦੇ ਸੀ ਗਰਮ ਦੁੱਧ ਲੈ ਕੇ ਆ ਗਈ ਕਾਫੀ ਮੁਸ਼ਕਲ ਨਾਲ ਚਮਚਾ ਚਮਚਾ ਕਰਕੇ ਉਹਨੂੰ ਦੁੱਧ ਪਿਆਇਆ ਗਿਆ ਇਸ ਤਰ੍ਹਾਂ 2-4 ਦਿਨਾਂ ਦੇ ਉਪਚਾਰ ਤੋਂ ਬਾਅਦ ਉਹ ਕੁੜੀ ਬਿਲਕੁਲ ਤੰਦਰੁਸਤ ਹੋ ਗਈ ਵਕਤ ਆਪਣੀ ਚਾਲੇ ਚੱਲਿਆ ਥੋੜੇ ਦਿਨਾਂ ਚ ਭਾਈ ਜੀ ਦੀ ਧੀ ਮੁੰਨੀ ਤੇ ਇਸ ਕੁੜੀ 'ਚ ਬਹੁਤ ਹੀ ਪਿਆਰ ਪੈ ਗਿਆ ਹੁਣ ਇਹਨਾਂ ਦੋਵਾਂ ਕੁੜੀਆਂ ਨੂੰ ਵੱਡੀ ਮੁੰਨੀ ਛੋਟੀ ਮੁੰਨੀ ਕਹਿ ਕੇ ਬੁਲਾਇਆ ਜਾਣ ਲੱਗ ਪਿਆ ਦਰਿਆ 'ਚ ਰੁੜ ਕੇ ਆਉਣ ਵਾਲੀ ਕੁੜੀ ਨੂੰ ਛੋਟੀ ਮੁੰਨੀ ਕਿਹਾ ਜਾਂਦਾ ਉਹਦੇ ਪ੍ਰਤੀ ਗੁਰਦੁਆਰੇ ਦੇ ਬਾਬੇ ਤੇ ਮਾਈ ਦਾ ਮਾਪਿਆਂ ਵਾਲਾ ਪੂਰਨ ਪਿਆਰ ਸੀ ਸਾਰੇ ਪਿੰਡ ਨੂੰ ਛੋਟੀ मुੰਨੀ ਨਾਲ ਹਮਦਰਦੀ ਤੇ ਉਹਦਾ ਬੱਚਾ ਇੱਕ ਰੱਬੀ ਕਰਾਮਾਤ ਸਮਝੀ ਜਾਂਦੇ ਸੀ ਛੋਟੀ मुੰਨੀ ਤੇ ਵੱਡੀ मुੰਨੀ ਆਪੋ ਚ ਪਿਆਰ ਨਾਲ ਜਿਵੇਂ ਬਨ ਚੁੱਕੀਆਂ ਸਨ ਜਿਵੇਂ ਉਹਨਾਂ ਦਾ ਜਨਮ ਜਨਮ ਦਾ ਸਬੰਧ ਹੋਵੇ ਉਹਨਾਂ ਦੇ ਪਿਆਰ ਨੂੰ ਵੇਖ ਕੇ ਪਿੰਡ ਦੇ ਲੋਕਾਂ ਦਾ ਵੀ ਉਹ ਉਹਨਾਂ ਪ੍ਰਤੀ ਪਿਆਰ ਤੇ ਪ੍ਰਸ਼ੰਸਾ ਵਧਦੀ ਜਾਂਦੀ ਲੋਕ ਦੋ मुੰਨੀਆਂ ਦੇ ਇਸ ਭੋਲੇ ਭਾਲੇ ਜੋੜੇ ਨੂੰ ਵੇਖ ਕੇ ਆਪਣੀ ਜ਼ਿੰਦਗੀ ਦਾ ਇੱਕ ਅਨਿਖੜ ਵਾਂਗ ਸਮਝਣ ਲੱਗ ਪਈ ਸੀ ਤੇ ਇਹਦਾ ਦੂਰ ਹੋਣਾ ਉਹਨਾਂ ਦੀ ਕਲਪਨਾ 'ਚ ਵੀ ਨਹੀਂ ਸੀ ਆ ਸਕਦਾ ਪਰ ਅੱਜ ਤਾਂ ਬਾਣਾ ਵਰਤਿ ਜਾਣਾ ਸੀ ਉੱਥੇ ਖੜੇ ਲੋਕ ਤੇ ਭਾਈ ਜੀ ਛੋਟੀ ਮੁੰਨੀ ਦੇ ਪੁਲਿਸ ਦੁਆਰਾ ਪਾਕਿਸਤਾਨ ਭੇਜਣ ਦਾ ਕਾਰਨ ਦੱਸ ਕੇ ਲੈ ਜਾਣ ਤੋਂ ਕਿਸੇ ਪਿਆਰੇ ਅਹਿਸਾਸ ਦੇ ਕਤਲ ਹੋਣ ਵਾਂਗ ਤਰਸੇ ਗਏ ਸਾਰੇ ਪਿੰਡ 'ਚ ਕੋਈ ਵੀ ਨਹੀਂ ਸੀ ਚਾਹੁੰਦਾ ਵੀ ਗੁਰਦੁਆਰੇ ਭਾਈ ਜੀ ਕੋਲ ਪਿਛਲੇ 7-8 ਮਹੀਨਿਆਂ ਤੋਂ ਰਹਿਣ ਵਾਲੀ ਛੋਟੀ ਮੁੰਨੀ ਨੂੰ ਉੱਥੋਂ ਕੋਈ ਲੈ ਕੇ ਜਾਵੇ ਉਹ ਤਾਂ ਸਮਝਦੇ ਸੀ ਦਰਿਆ 'ਚ ਰੁੜ ਕੇ ਆਉਣਾ ਤੇ ਫਿਰ ਇਸ ਪਿੰਡ 'ਚ ਬਚਾਈ ਜਾਣਾ ਬਾਅਦ 'ਚ ਕਿਸੇ ਵੀ ਕਿਸਮ ਦੇ ਵਖਰੇਵੇਂ ਤੋਂ ਰਹਿਤ ਆਪਣਾਪਨ ਜ਼ਰੂਰੀ ਉਸ ਬੱਚੀ ਤੇ ਪਿੰਡ 'ਚ ਕੋਈ ਯੁਗਾ ਯੁਗਾ ਦੇ ਸਬੰਧਾਂ ਦਾ ਸਬੂਤ ਸੀ 8-9 ਸਾਲ ਦੀ ਛੋਟੀ ਜੀ ਬੱਚੀ ਨੇ ਕਦੇ ਵੀ ਸਾਡੇ ਛੋਟੇ ਜਿਹੇ ਪਿੰਡ ਦੇ ਸਾਰੇ ਵਾਸੀਆਂ ਦੇ ਮਨਾਂ ਤੇ ਇਸ ਤਰ੍ਹਾਂ ਅਧਿਕਾਰ ਨਹੀਂ ਸੀ ਕੀਤਾ ਤੇ ਅੱਜ ਪੁਲਿਸ ਤੇ ਮਿਲਟਰੀ ਪਿੰਡ ਕੋਲੋਂ ਉਨੂੰ ਖੋਣ ਆ ਗਈ ਸੀ ਤੇ ਇਹ ਦੁੱਖ ਦੀ ਲਹਿਰ ਦੌੜ ਗਈ ਪਿੰਡ ਦੇ ਦੱਬੂ ਤੇ ਅਨਪੜ ਲੋਕਾਂ ਨੇ ਪੁਲਿਸ ਤੇ ਮਿਲਟਰੀ ਦਾ ਵਿਰੋਧ ਕਰਦੇ ਹ ਉਸ ਕੁੜੀ ਨੂੰ ਨਾ ਲੈ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਪੁਲਿਸ ਤੇ ਮਿਲਟਰੀ ਦੀ ਹੁਕਮ ਪਾਲਣਾ ਅੱਗੇ ਭਾਵਨਾ ਤੇ ਭਾਵੁਕਤਾ ਦਾ ਕੋਈ ਥਾਂ ਨਹੀਂ ਸੀ ਅਖੀਰ ਹੁਕਮ ਦੀ ਜਬਰੀ ਅੱਗੇ ਪਿੰਡ ਵਾਲਿਆਂ ਤੇ ਭਾਈ ਜੀ ਦੀ ਕੋਈ ਪੇਸ਼ਨਾ ਨਹੀਂ ਭਾਈ ਜੀ ਤੇ ਮਾਈ ਲਈ ਇੱਕ ਭਿਆੰਕਰ ਸਦਮਾ ਸੀ ਪਾਜੀ ਨੇ ਤਾਂ ਆਪਣੇ ਆਪ ਨੂੰ ਸੰਭਾਲਿਆ ਸੀ ਪਰ ਮਾਈ ਦੀਆਂ ਅੱਖਾਂ ਤਾਂ ਦਰਿਆ ਵਾਂਗ ਵਗ ਰਹੀਆਂ ਸੀ ਉਹ ਆਪਣੀ ਹਿੱਕ ਨਾਲੋਂ ਛੋਟੀ ਮੁੰਨੀ ਨੂੰ ਵੱਖ ਕਰਨ ਲਈ ਤਿਆਰ ਨਹੀਂ ਸੀ ਨਾ ਹੀ ਛੋਟੀ ਮੁੰਨੀ ਆਪਣੀਆਂ ਛੋਟੀਆਂ-ਛੋਟੀਆਂ ਬਾਹਾਂ ਦੀ ਪਕੜ ਮਾਈ ਨਾਲੋਂ ਹਟਾਉਣ ਲਈ ਤਿਆਰ ਸੀ ਕਈ ਇਸਤਰੀਆਂ ਗੁਰਦੁਆਰੇ 'ਚ ਮਾਈ ਤੇ ਛੋਟੀ ਮੁੰਨੀ ਦਵਾਲੇ ਇਕੱਠੀਆਂ ਹੋ ਗਈਆਂ ਸੀ ਵੱਡੀ ਮੁੰਨੀ ਦਾ ਤਾਂ ਰੋ ਰੋ ਬੁਰਾ ਹਾਲ ਸੀ ਉੱਥੇ ਮੌਜੂਦ ਇਸਤਰੀਆਂ ਤੇ ਪੁਰਖਾਂ 'ਚ ਸ਼ਾਇਦ ਹੀ ਕੋਈ ਅੱਖ ਗਿੱਲੀ ਨਾ ਹੋਈ ਹੋਵੇ ਸਾਡਾ ਵਕਤ ਜਾਇਆ ਨਾ ਕਰ ਕੁੜੀ ਨੂੰ 체ਤੀ ਪੇਸ਼ ਕਰ ਪੁਲਿਸ ਹੌਲਦਾਰ ਪਹਿਲਾਂ ਵਾਂਗੀ ਆਪਣੇ ਹੁਕਮੀ ਤੇ ਕੁਰਖਤਵਾਸ ਤੇ ਭਾਈ ਸਾਹਿਬ ਤੇ ਉਹਨਾਂ ਦੇ ਕੋਲ ਖੜੇ ਨੰਬਰਦਾਰ ਵੱਲ ਵੇਖ ਕੇ ਗੁਰਰਾਇਆ ਸੀ ਔਰ ਕਈ ਲੋਕਾਂ ਦੇ ਨਾਲ ਨੰਬਰਦਾਰ ਵੀ ਘਟਨਾ ਸਥਾਨ ਤੇ ਆ ਪਹੁੰਚਿਆ ਤੇ ਉਹਨੇ ਪਿੰਡ ਵੱਲੋਂ ਚਾਰਾ ਜੋਈ ਦਾ ਚਾਰਜ ਸੰਭਾਲ ਲਿਆ ਪਰ ਸਭ ਯਤਨ ਮਿਹਨਤ ਮਥਾਜੀ ਹੱਥ ਪੈਰ ਜੋੜਨੇ ਕੁਛ ਲੈਣ ਦੇਣ ਦਾ ਇਸ਼ਾਰਾ ਵੀ ਛੋਟੀ ਮੁੰਨੀ ਨੂੰ ਇਸ ਜਮਦੂਤ ਰੂਪੀ ਟਰੱਕ ਦੇ ਲੈ ਜਾਣ ਚ ਅਸਫਲ ਹੋ ਰਿਹਾ ਬਚਾਰੀ ਕੁੜੀ ਕੁਝ ਖਾ ਤੇ ਲਵੇ ਭੁੱਖੀ ਹੋਏਗੀ ਖਬਰੇ ਕਿੰਨੀ ਦੂਰ ਜਾਣਾ ਹੈ ਭਾਈ ਜੀ ਨੇ ਬੇਨਤੀ ਵਰਗਾ ਤਰਲਾ ਕਰਕੇ ਜਿਵੇਂ ਹਾਲਦਾਰ ਕੋਲੋਂ ਛੋਟੀ ਮੁੰਨੀ ਨੂੰ ਕੁਝ ਪਲਾਂ ਤੇ ਹੋਰ ਤੇ ਅਖੀਰਲੇ ਸਾਥ ਤੇ ਸਾਂਝ ਦਾ ਚਾਰਾ ਕੀਤਾ ਹੋਵੇ ਸਭ ਨੇ ਉਹਦੀ ਹਾਮੀ ਭਰੀ ਤੇ ਭਾਈ ਜੀ ਅੰਦਰ ਚਲੇ ਗਏ ਭਾਈ ਜੀ ਨੇ ਰੋਂਦੀ ਹੋਈ ਛੋਟੀ ਮੁੰਨੀ ਨੂੰ ਗੋਦੀ ਚ ਲਿਆ ਵੱਡੀ ਮੁੰਨੀ ਵੀ ਉਹਨਾਂ ਨੂੰ ਆਚੰਬੜੀ ਸੀ ਦੋਹਾਂ ਮੁੰਨੀਆਂ ਚ ਸਕੇ ਜੰਪਰਾਈਤੀ ਦਾ ਭੇਦ ਭਾਈ ਜੀ ਕੋਲ ਬਹੁਤ ਤੇ ਚਿਰ ਪਹਿਲਾਂ ਮਰ ਚੁੱਕਿਆ ਸੀ ਵੱਡੀ मुन्नी ਛੋਟੀ मुन्नी ਦੋਵੇਂ ਹੀ ਮੁੰਨੀਆਂ ਸਨ ਤੇ ਉਹਨਾਂ ਦੀਆਂ ਆਪਣੀਆਂ ਸਖੀਆਂ ਮੁੰਨੀਆਂ ਦਿਨ ਰਾਤ ਬਾਣੀ ਪੜਨ ਵਾਲੇ ਭਾਈ ਜੀ ਇਸ ਵਕਤ ਮੋਹ ਤੇ ਪਿਆਰ ਦਾ ਨਖੇੜਾ ਕਰਨੋਂ ਅਸਮਰਥ ਸਨ ਅੱਖਾਂ ਦਾ ਪਾਣੀ ਬੰਨੇ ਤੋੜ ਲਈ ਆਤੁਰ ਸੀ ਤੇ ਦਿਲ ਹੀ ਦਿਲ ਪਿਆਰੀ ਬੱਚੀ ਦੇ ਦੂਰ ਅਣਜਾਣੇ ਹੱਥਾਂ 'ਚ ਚਲੇ ਜਾਣ ਦੇ ਦੁੱਖ ਤੋਂ ਕਾਇਲ ਹੋ ਤੜਪ ਰਿਹਾ ਸੀ ਇਹ ਹਾਲ ਉੱਥੇ ਹਰ ਮੌਜੂਦ ਵਿਅਕਤੀ ਦਾ ਸੀ ਇਸ ਤਰ੍ਹਾਂ ਦਾ ਹੀ ਅਨੁਭਵ ਸਾਡੇ ਬਾਲਮਨਾਂ ਤੇ ਵੀ ਸੀ ਤੇ ਉਸ ਦਿਨ ਸ਼ਾਇਦ ਪਹਿਲੀ ਵਾਰ ਸਾਨੂੰ ਮਿਲਟਰੀ ਤੇ ਪੁਲਿਸ ਨਾਲ ਨਫ਼ਰਤ ਹੋਈ ਸੀ ਜਿਹੜੀ ਸਾਡੀ ਮੁੰਨੀ ਸਾਡੇ ਪਿੰਡ ਦੀ ਪਿਆਰੀ ਛੋਟੀ ਮੁੰਨੀ ਨੂੰ ਲੈ ਕੇ ਵੱਡੀ ਮੁੰਨੀ ਨੂੰ ਪਿੱਛੇ ਰੋਂਦੀ ਰਹਿਣ ਨੂੰ ਛੱਡ ਕੇ ਜਾ ਰਹੀ ਸੀ ਅਖੀਰ ਭਾਣਾ ਵਰਤ ਗਿਆ ਛੋਟੀ ਮੁੰਨੀ ਨੂੰ ਭਾਈ ਜੀ ਨੇ ਮਾਈ ਦੀ ਗੋਦੀ ਚ ਭਾਰੀ ਮਨ ਨਾਲ ਬੜੀ ਮੁਸ਼ਕਲ ਨਾਲ ਅਲੱਗ ਕੀਤਾ ਤੇ ਛਟਪਟਾਉਂਦੀ ਹੋਈ ਨੂੰ ਚੁੱਕ ਕੇ ਫੌਜੀ ਟਰੱਕ ਵੱਲ ਵਧੀ ਹੁਣ ਭਾਈ ਜੀ ਦੀਆਂ ਅੱਖਾਂ ਲਾਚਾਰ ਹੋ ਗਈਆਂ ਉਹਨਾਂ 'ਚ ਕੌੜੇ ਅਤਰੂਆਂ ਦੇ ਤਪਕੇ ਝੜ ਝੜ ਕੇ ਛੋਟੀ मुन्नी ਤੇ ਪੈ ਰਹੇ ਸੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕਹਿੰਦੀ ਛੋਟੀ मुन्नी ਉੱਚੀ ਉੱਚੀ ਰੋਈ ਜਾ ਰਹੀ ਸੀ ਹਾਏ ਮੇਰੀ ਭੈਣ ਹਾਏ ਮੇਰੀ ਭੈਣ ਕਹਿ ਕੇ ਰੋਂਦੀ ਵੱਡੀ मुन्नी ਬੇਹਾਲ ਸੀ ਸਾਰੀਆਂ ਮੌਜੂਦ ਜਨਾਨੀਆਂ ਨੂੰ ਲੱਗ ਰਿਹਾ ਸੀ ਕਿ ਉਸ ਦਿਨ ਦਰਿਆ ਦੇ ਡੂੰਘੇ ਪਾਣੀਆਂ 'ਚ ਡੁੱਬਣੋਂ ਬਚਣ ਵਾਲੀ ਛੋਟੀ मुन्नी ਅੱਜ ਟਰੱਕ 'ਚ ਆਉਣ ਵਾਲੀ ਮਿਲਟਰੀ ਤੇ ਪੁਲਿਸ ਦੇ ਹੱਥੋਂ ਮਾਰੀ ਜਾਏਗੀ ਉੱਚੀ ਸਾਰੀ ਰੋਣ ਦੀ ਕੋਕ ਗੁਰਦੁਆਰੇ ਦੀ ਮਾਈ ਦੀ ਉੱਠੀ ਨਾਲ ਹੀ ਉੱਥੇ ਮੌਜੂਦ ਜਨਾਨੀਆਂ ਦਾ ਰੁਦਰਨ ਸ਼ੁਰੂ ਹੋ ਗਿਆ ਕੋਈ ਵੀ ਕਿਸੇ ਨੂੰ ਰੋਣੋਂ ਮਨਾ ਨਹੀਂ ਸੀ ਕਰਦਾ ਹਰ ਇੱਕ ਦਾ ਆਪਣਾ ਮਨ ਰੋ ਰਿਹਾ ਸੀ ਭਾਈ ਜੀ ਛੋਟੀ मुन्नी ਨੂੰ ਲੈ ਕੇ ਹੌਲਦਾਰ ਕੋਲ ਆ ਗਏ ਉਹਨਾਂ ਕੋਲੋਂ ਕੁਝ ਬੋਲਿਆ ਨਾ ਗਿਆ ਹੌਲਦਾਰ ਨੇ मुन्नी ਨੂੰ ਫੜਨ ਵਾਸਤੇ ਇੱਕ ਸਿਪਾਹੀ ਨੂੰ ਕਿਹਾ ਸਿਪਾਹੀ ਅੱਗੇ ਵੱਧ ਕੇ मुन्नी ਨੂੰ ਫੜਨ ਲੱਗਾ ਪਰ मुन्नी ਤਾਂ ਭਾਈ ਜੀ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਸੀ ਔਲਦਰ ਦੀ ਫਿਰ ਕੋਖ ਤੇ ਖਰਵੀ ਆਵਾਜ਼ ਨੇ ਉਸ ਸਿਪਾਈ ਨੂੰ ਉਸ ਕੁੜੀ ਨੂੰ ਛੇਤੀ ਛੇਤੀ ਟਰੱਕ 'ਚ ਬਿਠਾਉਣ ਲੈ ਗਿਆ ਛੋਟੀ ਮੁੰਨੀ ਭਾਈ ਜੀ ਨੂੰ ਛੱਡਦੀ ਨਹੀਂ ਸੀ ਤੇ ਸਿਪਾਈ ਦੀ ਵੱਧ ਹੀ ਖਿੱਚ ਧੂ ਜਿਵੇਂ ਭਾਈ ਜੀ ਨਾਲੋਂ ਉਹਨਾਂ ਦਾ ਕੋਈ ਅੰਗ ਹੀ ਕੱਟ ਰਹੀ ਹੋਵੇ ਛੋਟੀ ਜੀ ਬਲੜੀ ਦਾ ਜ਼ੋਰ ਕਦੋਂ ਤੱਕ ਚੱਲਦਾ ਤੇ ਅਖੀਰ ਭਾਈ ਜੀ ਨਾਲੋਂ ਟੁੱਟ ਕੇ ਛੋਟੀ ਮੁੰਨੀ ਲਾਲ ਪੱਗ ਵਾਲੇ ਸਿਪਾਈ ਦੀਆਂ ਜ਼ਾਲਮ ਬਾਹਾਂ 'ਚ ਸੀ ਇਸ ਤੋਂ ਪਹਿਲਾਂ ਉਹ ਸਪਾਈ ਛੋਟੀ मुन्नी ਨੂੰ ਟਰੱਕ ਵੱਲ ਲੈ ਕੇ ਜਾਂਦਾ ਉੱਥੇ ਮਾਈ ਪਹੁੰਚ ਚੁੱਕੀ ਸੀ ਉਹਨੇ ਸਪਾਈ ਕੋਲੋਂ ਛੋਟੀ मुन्नी ਨੂੰ ਫੇਰ ਖੋਲਿਆ ਤੇ ਉਹ ਕੜਕ ਕੇ ਸਾਰੇ ਫੌਜੀਆਂ ਤੇ ਪੁਲਿਸੀਆਂ ਨੂੰ ਮੁਖਾਤਿਬ ਹੋ ਕੇ ਬੋਲੀ ਛੋਟੀ मुन्नी ਦੀ ਮਾਂ ਹੁਣ ਮੈਂ ਆ ਤੁਸੀਂ ਸਾਰਿਆਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਬਣਾ ਕੇ ਇਹਦੇ ਮਾਂ ਪਿਓ ਨੂੰ ਮਾਰ ਦਿੱਤਾ ਹੁਣ ਇਹਨੂੰ ਮਾਰਨ ਲਈ ਵੀ ਮੈਥੋਂ ਖੋਖੇ ਲੈ ਚੱਲਿਓ ਮੈਂ ਨਹੀਂ ਮਾਰਨ ਦੇਣਾ ਤੁਹਾਨੂੰ ਆਪਣੀ मुन्नी ਨੂੰ ਛੋਟੀ मुन्नी ਜ਼ੋਰ ਨਾਲ ਮਾਈ ਨੂੰ ਚੰਬੜ ਗਈ ਪਰ ਕਿੰਨਾ ਕਚੇਰ ਕੁਝ ਆਹਾਂ ਹੋ ਰੁੱਠੀਆਂ ਅੱਖਾਂ 'ਚ ਹੋਰ ਅਥਰੂ ਡਿੱਗੇ ਕੁਝ ਦੇਰ ਬਾਅਦ ਫਿਰ ਛੋਟੀ ਮੁੰਨੀ ਉਸੇ ਸਪਾਈ ਦੀਆਂ ਤਕੜੀਆਂ ਜ਼ਾਲਮ ਪਾਹਾਂ 'ਚ ਤੜਪਦੀ ਹੋਈ ਟਰੱਕ 'ਚ ਜਾ ਚੁੱਕੀ ਸੀ ਪੁਲਸੀਏ ਤੇ ਫੌਜੀ ਵੀ ਟਰੱਕ 'ਚ ਬਹਿ ਗਏ ਟਰੱਕ ਸਟਾਰਟ ਹੋਇਆ ਮੁੜਿਆ ਅਖੀਰ ਜਿੱਧਰੋਂ ਆਇਆ ਸੀ ਉਧਰ ਹੀ ਜਾਂਦਾ ਹੋਇਆ ਲੋਪ ਹੋ ਗਿਆ ਸਾਰੇ ਪਿੰਡ ਦੇ ਜ਼ਰਰੇ ਜ਼ਰਰੇ 'ਚ ਵੱਡੀ ਤੇ ਛੋਟੀ ਮੁੰਨੀ ਦੀਆਂ ਆ ਰਹੀਆਂ ਕੁਰਲਾਟਾਂ 'ਚ ਸਾਰੇ ਪਿੰਡ ਦਾ ਰੋਣਾ ਸੰਮਲਿਤ ਹੋ ਗਿਆ ਸੀ ਇਸ ਗਮ ਪਰੇ ਰੋਣੇ ਚ ਦਰਿਆ ਦਾ ਵੀ ਇੱਕ ਹੌਕਾ ਸ਼ਾਮਲ ਹੋਇਆ ਤੇ ਨਾਲ ਹੀ ਇੱਕ ਉਲਾਮਾ ਵੀ ਪਿੰਡ ਵਾਲਿਓ ਜਿਹਨੂੰ ਮੈਂ ਆਪਣੀ ਧੀ ਬਣਾ ਕੇ ਆਪਣੇ ਪਾਣੀਆਂ ਤੇ ਡਰਾਉਣੇ ਮਗਰ ਮੱਛਾਂ ਤੋਂ ਵੀ ਬਚਾ ਕੇ ਤੁਹਾਡੇ ਹਵਾਲੇ ਕੀਤਾ ਅੱਜ ਤੁਸੀਂ ਮੇਰੀ ਉਸ ਧੀ ਨੂੰ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਤੋਂ ਬਚਾ ਨਾ ਸਕੇ ਧੰਨਵਾਦ